ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਉਪਰਾਲੇ ਜ਼ਿਆਦਾਤਰ ਬਿਆਨਬਾਜ਼ੀ ਅਤੇ ਕਾਗਜ਼ੇ ਹੀ ਰਹਿ ਗਏ ਹਨ। ਸਰਕਾਰ ਕੋਲ ਫੰਡ ਹੋਣ ਦੇ ਬਾਵਜੂਦ ਵੀ ਪਿੰਡਾਂ ਅਤੇ ਸ਼ਹਿਰਾਂ ਦੇ ਖਿਡਾਰੀਆਂ ਨੂੰ ਅਣਗੌਲਿਆ ਕੀਤਾ ਜਾਂਦਾ ਹੈ। ਇਹਨਾਂ ਦੀ ਕੋਈ ਮਦਦ ਨਹੀਂ ਕੀਤੀ ਜਾਂਦੀ, ਪਰ ਕੁਝ ਪਿੰਡਾਂ ਅਤੇ ਸ਼ਹਿਰਾਂ ਵਿੱਚ ਨੌਜਵਾਨੀ ਨੂੰ ਬਚਾਉਣ ਲਈ ਕਈ ਸਮਾਜ ਸੇਵੀ ਆਪਣੇ ਖਰਚੇ ਦੇ ਕਲੱਬ ਚਲਾ ਰਹੇ ਹਨ, ਜਿਸ ਦੀ ਮਿਸਾਲ ਪਿੰਡ ਨੇੜਲੇ ਪਿੰਡ ਲੁਠੜੀ ਤੋਂ ਮਿਲਦੀ ਹੈ। ਇਸ ਪਿੰਡ ਦੇ ਨੌਜਵਾਨਾਂ ਵੱਲੋਂ ਪਿੰਡ ਵਾਸੀਆਂ ਅਤੇ NI ਵੀਰਾਂ ਦੇ ਸਹਿਯੋਗ ਨਾਲ ਸੁਰਜੀਤ ਸਿੰਘ ਸਪੋਰਟਸ ਕਲੱਬ ਬਣਾਇਆ ਗਿਆ। ਇਸ ਕਲੱਬ ਵੱਲੋਂ ਆਪਣੇ ਖਰਚੇ ਦੇ ਸਰਕਾਰੀ ਸਕੂਲ ਲੁਠੜੀ ਵਿੱਚ ਹਰ ਰੋਜ਼ ਅਨੇਕਾਂ ਨੌਜਵਾਨਾਂ ਨੂੰ ਫੁੱਟਬਾਲ ਖੇਡਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਸੇ ਲੜੀ ਤਹਿਤ ਸੁਰਜੀਤ ਸਿੰਘ ਸਪੋਰਟਸ ਕਲੱਬ ਲੁਠੇੜੀ ਵੱਲੋਂ 5ਵਾਂ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦਾ ਉਦਘਾਟਨ ਸਮਾਜ ਸੇਵੀ ਕੁਲਦੀਪ ਸਿੰਘ ਔਜ ਨੇ ਕੀਤਾ। ਉਹਨਾਂ ਕਲੱਬ ਮੈਂਬਰਾਂ ਨੂੰ ਇਸ ਉਪਰਾਲੇ ਦੀਆਂ ਵਧਾਈਆਂ ਦਿੱਤੀਆਂ ਅਤੇ ਨੌਜਵਾਨਾਂ ਨੂੰ ਨਸ਼ਾ ਰਹਿਤ ਪੰਜਾਬ ਬਣਾਉਣ ਲਈ ਪ੍ਰੇਰਿਤ ਕੀਤਾ। ਬੱਚਿਆਂ ਨੂੰ ਤਾਂ ਸੰਦੇਸ਼ ਇਹੀ ਹੈ ਜੀ, ਜਿਹੜੀਆਂ ਖੇਡਾਂ ਸਾਡੇ ਸਮਾਜ ਲਈ, ਸਾਡੇ ਨੌਜਵਾਨਾਂ ਲਈ ਬਹੁਤ ਜ਼ਰੂਰੀ ਨੇ, ਕਿਉਂਕਿ ਅੱਜ ਪੰਜਾਬ ਦੇ ਵਿੱਚ ਜੋ 6ਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ, ਉਹ ਤੋਂ ਅੱਜ ਤਾਂ ਆਪਾਂ ਮੁੰਡਿਆਂ ਨੂੰ ਹੀ ਕਹਿ ਰਹੇ ਹਾਂ ਵੀ ਫਲਾਣੇ ਦਾ ਪੁੱਤ ਐਂ ਹੋ ਰਿਹਾ, ਥੋੜ੍ਹੇ ਸਮੇਂ ਤੱਕ ਧੀਆਂ ਨੂੰ ਵੀ ਕਹਾਂਗੇ ਆਪਾਂ, ਸਾਡੀਆਂ ਧੀਆਂ ਨੂੰ ਵੀ ਵਿਚਾਰੇ, ਜੇ ਮਾਹੌਲ ਆਪਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਨਾ ਸਮਝਿਆ। ਮੈਂ ਨੌਜਵਾਨਾਂ ਨੂੰ, ਇਸ ਕਲੱਬ ਦੇ ਮੈਂਬਰਾਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਇਹ ਖੇਡ ਟੂਰਨਾਮੈਂਟ ਕਰਵਾਇਆ, ਅਤੇ ਸਾਨੂੰ ਸਾਰੇ ਜਿੰਨੇ ਵੀ ਸੁਸਾਇਟੀ ਦੇ ਅਹੁਦੇਦਾਰ ਨੇ ਮੋਹਤਵਾਰ ਨੇ ਉਹਨਾਂ ਨੂੰ ਬੁਲਾ ਕੇ ਇੱਥੇ ਮਾਣ ਦਿੱਤਾ। ਕੀ ਸਰਕਾਰ 2 ਸਾਲ ਹੋ ਗਏ ਕਾਂਗਰਸ ਸਰਕਾਰ ਵੱਲੋਂ ਇਹ ਕਲੱਬ ਦੇ ਟੂਰਨਾਮੈਂਟ ਨੂੰ, ਇਹ ਕਲੱਬ ਨੂੰ ਅੱਜ ਤੱਕ ਇੱਕ ਵੀ ਪੈਸਾ ਨਹੀਂ ਮਿਲਿਆ, ਕੀ ਕਾਰਨ ਹੈ? ਇੱਕ ਪਾਸੇ ਸਰਕਾਰ ਕਹਿੰਦੀ ਵੀ ਨਸ਼ੇ ਰਹਿਤ ਹੋ ਗਏ, ਦੂਸਰੇ ਪਾਸੇ ਨੌਜਵਾਨਾਂ ਨੂੰ ਅੱਜ ਤੱਕ ਕੋਈ ਵੀ ਫੰਡ ਨਹੀਂ ਮਿਲਿਆ। ਜਦੋਂ ਕਦੇ ਵੀ ਕੋਈ ਵੀ ਸਰਕਾਰ ਆਈ ਹੈ, ਮੈਂ ਕਲੱਬਾਂ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਜੁੜਿਆ, ਤਕਰੀਬਨ ਤਕਰੀਬਨ ਕਲੱਬਾਂ ਦੇ ਨਾਲ ਧੱਕਾ ਹੀ ਹੋਇਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਭਾਵੇਂ ਉਹ ਅਕਾਲੀ ਦਲ ਦੀ ਸਰਕਾਰ ਆ, ਭਾਵੇਂ ਉਹ ਕਿਸੇ ਹੋਰ ਪਾਰਟੀ ਦੀ ਸਰਕਾਰ ਆ। ਜਿਹੜਾ ਪੱਤਰਕਾਰ ਸਾਹਿਬ, ਵੀ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ ਹੈਗੀ, ਤੁਹਾਡੀ ਗੱਲ ਬਹੁਤ ਵਧੀਆ ਵੀ ਕਿਉਂ ਨਹੀਂ ਕਰਾ ਸਕੇ। ਗੱਲ ਇਹ ਹੈ ਵੀ ਨਸ਼ਾ ਸਾਡੇ ਅੱਜ ਸਮਾਜ ਦੇ ਵਿੱਚ ਇੱਕ ਬੜਾ ਭਿਆਨਕ ਬਿਮਾਰੀ ਅਤੇ ਅਲਾਮਤ ਬੜੀ ਭੈੜੀ ਛਿੜਦੀ ਹੈ, ਇਹਨੂੰ ਜੇ ਅਸੀਂ ਨਾ ਸਾਂਭਿਆ ਤਾਂ ਮਾੜੀ ਗੱਲ ਹੈ। ਜਿਹੜੀ ਰਹੀ ਬੰਦ ਕਰਾਉਣ ਦੀ ਗੱਲ, ਪਹਿਲਾਂ ਤਾਂ ਸਾਨੂੰ ਆਪਣੇ ਪੱਧਰ 'ਤੇ ਸਰਕਾਰਾਂ ਦੀ ਜੋ ਜ਼ਿੰਮੇਵਾਰੀ ਬਣਦੀ ਆ, ਸਰਕਾਰਾਂ ਤਾਂ ਹੁਣ ਦੇਖ ਲਿਆ ਤੁਸੀਂ ਵਿਜੇ ਕੁੰਬਰ ਪ੍ਰਤਾਪ ਸਿੰਘ ਦਾ ਕੀ ਹੋਇਆ, ਜੇ ਸਰਕਾਰਾਂ ਕਿਧਰੇ ਪਾਸੇ ਨੂੰ ਕੁਛ ਕਰਦੀਆਂ ਵੀ ਆ ਤਾਂ ਉਹਨਾਂ ਨੂੰ ਮਿਲੀ ਭੁਗਤ ਦੇ ਨਾਲ ਕਿਸੇ ਖੁੰਝੇ ਲਾ ਦਿੱਤਾ ਜਾਂਦਾ। ਅੱਛਾ ਦੇਖੋ, ਮੈਂ ਹੁਣ ਇਹ ਉਮੀਦਵਾਰ, ਮੈਂ ਤਾਂ ਖੇਡਾਂ ਦੇ ਵਿੱਚ ਆਇਆ, ਮੈਂ ਕੋਈ ਉਮੀਦਵਾਰ ਨਹੀਂ, ਨਾ ਕੋਈ ਐਡੀ ਬੜੀ ਗੱਲ ਹੈ, ਆਪਾਂ ਤਾਂ ਇੱਕ ਭਰਾ ਹੈ, ਇਹਨਾਂ ਦੇ ਪਿਆਰ ਨੂੰ ਆ ਗਏ। ਨਸ਼ਾ ਤਾਂ 2005 ਦੇ ਵਿੱਚ ਜਿਹੜੀ ਜੜਤੀ ਆ ਮੱਕਾ ਮਦੀਨਾ ਸਮਝਿਆ ਜਾਂਦਾ ਸੀ ਲੁਠੇੜੀ ਨੂੰ, ਤੁਸੀਂ ਸ਼ਾਇਦ ਅਖਬਾਰਾਂ ਦੇ ਵਿੱਚ ਸੁਣਿਆ ਹੋਣਾ, 12 ਦਿਨ ਧਰਨੇ ਲਾਏ, ਮੈਂ ਮੋਢੀ ਸੀ ਉਸ ਲਹਿਰ ਦਾ, 4-5 ਜਣੇ, ਲੰਬੜਦਾਰ ਗੁਰਦੇਵ ਸਿੰਘ ਜੀ, ਆਪਣੇ ਇਕਬਾਲ ਸਿੰਘ ਜੀ ਰਾਮਗੜ੍ਹ ਤੋਂ, ਸਰਪੰਚ ਤਰਸ਼ੇਮ ਸ਼ਰਮਾ ਜੀ ਵੀ ਨਾਲੇ ਸੀ, ਹੋਰ ਵੀ ਆਪਣੇ ਪੱਪੂ ਬਾਈ ਜੀ, ਸੁਖਵਿੰਦਰ ਸਿੰਘ ਜੀ ਮੁੰਡੀਆਂ, ਦਰਸ਼ਨ ਸਿੰਘ ਮਰਾਲੀ। ਚਲੋ ਜੀ, ਮਤਲਬ ਮੋਢੀ ਸੜਕਾਂ ਦਾ ਦੇਖੋ, ਇਹ ਤਾਂ ਗੱਲ ਤੁਹਾਡੀ ਮੰਨਣ ਯੋਗਾ ਵੀ ਸੜਕਾਂ ਦਾ ਮਾੜਾ ਹਾਲ ਹੈ, ਪਰ ਕੋਸ਼ਿਸ਼ ਕਰ ਰਹੀ ਹੈ ਸਰਕਾਰ, ਪਿੰਡਾਂ ਦੀਆਂ ਸੜਕਾਂ ਦਾ ਤਾਂ ਮਾਹੌਲ ਥੋੜ੍ਹਾ ਜਿਹਾ ਸੁਧਰਿਆ, ਪਰ ਹਾਲੇ ਉਹ ਲੈਵਲ ਤੱਕ ਨਹੀਂ ਸੁਧਰਿਆ ਜਿਹੜੇ ਤੱਕ ਸੁਧਰਨਾ ਚਾਹੀਦਾ ਸੀ। ਉਮੀਦ ਹੈ ਵੀ ਸਰਕਾਰ ਦੇ 2.5 ਸਾਲ ਪੌਣੇ 3 ਸਾਲ ਰਹਿੰਦੇ ਆ, ਵੀ ਜਿਹੜੇ ਸੜਕਾਂ ਦੇ ਅਧੂਰੇ ਪਏ ਕਾਰਜ ਨੇ ਉਹ ਪੂਰੇ ਜ਼ਰੂਰ। ਦੇਖੋ, ਇਹ ਤਾਂ ਜਿਹੜਾ ਠੇਕੇਦਾਰ ਆ ਮਿਲੀ ਭੁਗਤ ਹੁੰਦੀ ਹੈ ਠੇਕੇਦਾਰਾਂ ਦੇ ਨਾਲ, ਠੀਕ ਹੈ, ਐਂ ਤਾਂ ਹੁਣ ਸਾਨੂੰ ਬੜੇ ਸ਼ੁਕਵੇ ਵੀ ਨਹੀਂ ਹੈਗੇ, ਵੀ ਕਹਿੰਦੇ ਵੀ 70 ਲੱਖ ਲਾਇਆ ਅਤੇ 70 ਦਿਨ ਨਹੀਂ ਚੱਲੀ, ਅਤੇ ਦੇਖੋ ਜਿਹੜੀ ਗੱਲ ਸੱਚੀ ਉਹ ਤਾਂ ਕਹਿਣੀਓ ਪਏਗੀ, ਉਹ ਟੁੱਟ ਗਈ ਸੜਕ, ਉਹਦੀ ਵੈਸੇ ਦੁਬਾਰੇ ਇਨਕੁਆਇਰੀ ਹੋ ਰਹੀ ਹੈ,
ਵੀ ਕਿਹਦਾ ਕਸੂਰ ਹੈ, ਠੇਕੇਦਾਰ ਦਾ ਕਸੂਰ ਹੈ ਜਾਂ ਕਿਸੇ ਹੋਰ ਉੱਚ ਅਧਿਕਾਰੀ ਦਾ। ਲੋਕ